ਸ਼ੰਭੂ ਬਾਰਡਰ ਤੇ ਇੱਕ ਕਿਸਾਨ ਦੀ ਮੌਤ ਹੋ ਗਈ। ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਜਿਸ ਦੇ ਨਾਲ ਕਿਸਾਨ ਗਿਆਨ ਸਿੰਘ ਬਿਮਾਰ ਹੋ ਗਿਆ। ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਅੱਜ ਉਸਨੇ ਦਮ ਤੋੜ ਦਿੱਤਾ। ਬਟਾਲਾ ਦੇ ਅਧੀਨ ਪੈਂਦੇ ਪਿੰਡ ਚਾਚੋ ਕੀ ਦਾ ਇਹ ਕਿਸਾਨ ਰਹਿਣ ਵਾਲਾ ਸੀ ਔਰ ਜਿਉਂ ਹੀ ਇਹ ਖਬਰ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗੀ ਤਾਂ ਸੋਗ ਦੀ ਲਹਿਰ ਫੈਲ ਗਈ ਔਰ ਪਰਿਵਾਰਕ ਮੈਂਬਰਾਂ ਨੂੰ ਕਿਸਾਨ ਗਿਆਨ ਸਿੰਘ ਦੀ ਮੌਤ ਤੇ ਮਾਣ ਵੀ ਹੈ। ਤਾਂ ਦੱਸ ਦਈਏ ਕਿ 11 ਤਰੀਕ ਨੂੰ ਘਰੋਂ ਗਿਆ ਸੀ, ਕਿਸਾਨੀ ਅੰਦੋਲਨ ਦਾ ਹਿੱਸਾ ਬਣਿਆ ਹੋਇਆ ਸੀ। ਹਰਿਆਣਾ ਪੁਲਿਸ ਦੇ ਨਾਲ ਟਕਰਾਅ ਹੋਇਆ, ਅਥਰੂ ਗੈਸ ਦੇ ਗੋਲੇ ਚੱਲੇ ਤਾਂ ਕਿਸਾਨ ਗਿਆਨ ਸਿੰਘ ਜ਼ਖਮੀ ਹੋ ਗਿਆ। ਅੱਖਾਂ ਦੇ ਵਿੱਚ ਧੂੰਆਂ ਪੈ ਗਿਆ ਜਿਸ ਦੇ ਨਾਲ ਉਹ ਜ਼ਖਮੀ ਹੋਇਆ, ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਅੱਜ ਉਸਨੇ ਦਮ ਤੋੜ ਦਿੱਤਾ। ਦੱਸਦੇ ਕਿ ਕਿਸਾਨ ਗਿਆਨ ਸਿੰਘ ਦੀ ਉਮਰ 78 ਸਾਲ ਦੀ ਸੀ। 11 ਫਰਵਰੀ ਨੂੰ ਦਿੱਲੀ ਗਿਆ ਸੀ, 14 ਤਰੀਕ ਨੂੰ ਤਬੀਅਤ ਖਰਾਬ ਹੋਈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਟਾਲਾ ਦੇ ਪਿੰਡ ਚਾਚੋ ਕੀ ਦਾ ਰਹਿਣ ਵਾਲਾ ਸੀ ਕਿਸਾਨ ਗਿਆਨ ਸਿੰਘ। ਪੂਰੇ ਪਰਿਵਾਰ ਨੂੰ ਗਿਆਨ ਸਿੰਘ ਤੇ ਮਾਣ ਵੀ ਹੈ ਔਰ ਨਾਲ ਹੀ ਅਫਸੋਸ ਕੀਤਾ ਜਾ ਰਿਹਾ ਔਰ ਨਾਲ ਹੀ ਮੈਂਬਰਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਵੀ ਸ਼ੰਭੂ ਬਾਰਡਰ ਤੇ ਜਾ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨਗੇ। ਉਹ ਸਾਡਾ ਚਾਚਾ ਜੀ 11 ਤਰੀਕ ਨੂੰ ਇੱਥੋਂ ਕਿਸਾਨ ਸੰਘਰਸ਼ ਕਮੇਟੀ ਬਾਬਾ ਨਾਮਦੇਵ ਜੀ ਦੇ ਨਾਲ ਗਿਆ ਸੀਗਾ। 14 ਤਰੀਕ ਨੂੰ ਉੱਥੇ ਬਾਰਡਰ 'ਤੇ ਪਹੁੰਚੇ ਆ। ਹਰਿਆਣਾ ਸਰਕਾਰ ਨੇ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਉਹਦੇ ਨਾਲ ਉਹਦੀ ਤਬੀਅਤ ਖਰਾਬ ਹੋ ਗਈ ਅਤੇ ਨਿੱਜੀ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਸੀ ਪਰ ਉਹਨਾਂ ਨੂੰ ਨਹੀਂ ਫਰਕ ਪਿਆ। ਫਿਰ ਉਹ ਰਜਿੰਦਰਾ ਹੋਸਪਿਟਲ ਪਟਿਆਲੇ ਲੈ ਗਏ, ਉੱਥੇ ਸੁਬਹਾ 5 ਵਜੇ ਉਹਨਾਂ ਦੀ ਡੈਥ ਹੋ ਗਈ। ਸਾਨੂੰ ਉਹਨਾਂ 'ਤੇ ਬਹੁਤ ਮਾਣ ਆ, ਅਸੀਂ ਦੀਦਾ ਜਾਮ ਪੀ ਗਏ ਆ। ਜੇ ਜ਼ਰੂਰਤ ਪਈ ਤਾਂ ਅਸੀਂ ਵੀ ਉਹਨਾਂ ਦੇ ਮਗਰ ਜਾਵਾਂਗੇ, ਅਸੀਂ ਵੀ ਸਿੱਧੀਆਂ ਦੇਣ ਨੂੰ ਤਿਆਰ ਜਿਨ੍ਹਾਂ ਦਿਨ ਸਰਕਾਰ ਮੰਗਾਂ ਨਹੀਂ ਮੰਨਦੀ। ਕਿਹੜੀ ਜਥੇਬੰਦੀ ਨਾਲ ਜਿਹੜੇ ਸੰਪਰਕ ਕਰਦੇ? ਸੰਘਰਸ਼ ਕਿਸਾਨ ਸੰਘਰਸ਼ ਕਮੇਟੀ ਬਾਬਾ ਨਾਮਦੇਵ। ਜਦੋਂ ਇੱਥੋਂ ਜਾਂਦੇ ਨੇ ਕਿਸਦੇ ਨਾਲ ਗਏ ਨੇ ਜਾਂ ਕਿਸ ਤਰ੍ਹਾਂ ਜਿਹੜੇ ਨੇ ਉਹਨਾਂ ਨੇ ਜਿਹੜੇ ਉੱਥੇ ਜਾ ਕੇ? ਇੱਥੋਂ ਸਾਰੇ ਸਰਪੰਚ ਜਗਦੀਪ ਸਿੰਘ ਸੀ, ਇਹਨਾਂ ਦੇ ਨਾਲ ਜਾਂਦੇ ਹੁੰਦੇ ਸੀ ਅਤੇ ਪੰਧੇਰ ਜਥੇਬੰਦੀ ਨੂੰ ਸੰਬੰਧ ਸੀ। ਨਾ ਸ਼ੁਰੂ ਤੋਂ ਪਹਿਲਾਂ ਦਿੱਲੀ ਵੀ ਜਾ ਕੇ ਆਏ ਆ, ਜਦੋਂ ਦਿੱਲੀ ਧਰਨਾ ਲੱਗਾ ਸੀ ਉਦੋਂ ਵੀ ਇਹਨਾਂ ਨੇ ਉੱਥੇ ਜਾ ਕੇ ਯੋਗਦਾਨ ਪਾਇਆ ਜੀ। ਕੀ ਮੰਨਦੇ ਹੋ ਹਰਿਆਣਾ ਸਰਕਾਰ ਦੀ ਜਿਹੜੀ ਇਹ ਕਾਰਵਾਈ ਹੈ, ਕੋਈ ਠੀਕ ਰਹੀ ਹੈ ਕਿ ਆਪਣੇ ਦੇ ਉੱਤੇ ਹੀ ਜਿਹੜੀ ਹੈ ਇੱਦਾਂ ਮੋਟਰ ਲਾ ਕੇ ਇੱਦਾਂ ਦਾ ਰੋਕਣਾ ਜਾਂ ਇੱਦਾਂ ਦੇ ਗੁੱਟ ਚਲਾਉਣੇ, ਕੀ ਇਹ ਕੋਈ ਮੰਨਦੇ ਹੋ? ਨਾ ਜੀ, ਇਹ ਬਹੁਤ ਗਲਤ ਆ। ਹਰਿਆਣਾ ਸਰਕਾਰ ਦੇ ਵਿੱਚ ਉਹਨੇ ਤਾਂ ਪਾਕਿਸਤਾਨ ਇੰਡੀਆ ਦਾ ਬਾਰਡਰ ਬਣਾ ਤਾ। ਇੱਦਾਂ ਸਦਾ ਹੀ ਇਹ ਸਰਕਾਰਾਂ ਕਿਸਾਨਾਂ ਨਾਲ ਕਰਦੀਆਂ ਆਈਆਂ ਵਾ, ਪਰ ਇੱਦਾਂ ਨਹੀਂ ਕਰਨਾ ਚਾਹੀਦਾ। ਜਿੱਦਾਂ ਕਿਸਾਨ ਉੱਥੇ ਜ਼ਖਮੀ ਹੋਏ, ਸ਼ਹੀਦੀ ਦਾ ਜਾਮ ਪੀ ਗਏ, ਪਰ ਇੱਦਾਂ ਦੇ ਬਾਰਡਰ ਨਹੀਂ ਬਣਾਉਣੇ ਚਾਹੀਦੇ। ਅਕਸਰ ਨੂੰ ਅਸੀਂ ਵੀ ਭਾਰਤੀ ਹਾਂ, ਇੰਡੀਆ ਵਾਂ, ਨਹੀਂ ਕਰਨਾ ਚਾਹੀਦਾ। ਮੰਗ ਇਹੋ ਹੀ ਹੈ ਸਰਕਾਰ ਵਾਲੇ ਨੂੰ ਵੀ ਸਾਡਾ ਕਰਜ਼ਾ ਮਾਫ਼ ਹੋਣਾ ਚਾਹੀਦਾ ਵਾ। ਘਰੋਂ ਮਾਤੜ ਇੱਕ ਕਿੱਲਾ ਜ਼ਮੀਨ ਦਾ ਸੀਗਾ, ਇਹ ਤਾਂ ਗੁੰਜ ਗੁਜ਼ਾਰਾ ਕਰਦੇ ਸੀਗੇ। ਅਸੀਂ ਜਾਵਾਂਗੇ, ਸਾਨੂੰ ਵੀ ਸਿੱਧੀਆਂ ਪਾਉਣ ਦੀ ਲੋੜ ਪਈ, ਅਸੀਂ ਵੀ ਜਾਵਾਂਗੇ। ਉਹਨਾਂ ਦਾ ਗਿਆਨ ਸਿੰਘ ਨਾਮ ਸੀਗਾ, ਪਰਿਵਾਰ ਅਤੇ ਉਹਨਾਂ ਦੇ ਭਰਾ ਵਾ। ਸਾਡੇ ਪਿਤਾ ਜੀ ਡੈਥ ਹੋ ਗਈ ਹੈ, ਸਾਡੇ ਕੋਲ ਹੀ ਰਹਿੰਦੇ ਸੀ। ਜਦੋਂ ਉਹਨਾਂ ਦਾ ਵਿਆਹ ਆਇਆ, ਉਹਨਾਂ ਦੇ ਘਰ ਦੇ ਗੁਜ਼ਰ ਗਏ ਸੀ, ਬੱਚਾ ਉਹਨਾਂ ਦਾ ਕੋਈ ਨਹੀਂ ਸੀ, ਸ਼ੁਰੂ ਤੋਂ ਸਾਡੇ ਵਿੱਚ ਹੀ ਰਹਿੰਦੇ ਸੀਗੇ। ਸਾਨੂੰ ਉਦੋਂ ਵੀ 15 ਦਿਨ ਉੱਥੇ ਲਾ ਕੇ ਆਏ ਸੀਗੇ। ਉਦੋਂ ਵੀ DC ਸਰਪੰਚ ਹੀ ਸਾਡੇ ਪਿੰਡ ਦਾ ਜਗਦੀਪ ਸਿੰਘ, ਉਹ ਨਾਲ ਲੈ ਕੇ ਗਏ ਦਿੱਲੀ। ਉਦੋਂ ਵੀ ਜਾਂਦੇ ਸੀ, ਜਿੱਥੇ ਧਰਨਾ ਲੱਗਦਾ ਸੀ ਉਹ ਮੂਹਰੇ ਹੋ ਕੇ ਨਾਲ ਜਾਂਦੇ। ਭਰਾ ਸੀ ਜੀ ਗਿਆਨ ਸਿੰਘ। ਕਿੰਨੀ ਉਮਰ ਸੀ? ਉਮਰ ਹੋਣੀ 70-75 ਕੁ। ਤੁਹਾਨੂੰ ਕਦੋਂ ਪਤਾ ਲੱਗਾ ਵੀ ਉਹ ਉਹਨਾਂ ਦੀ ਡੈਥ ਹੋ ਗਈ? ਸਾਨੂੰ ਸਵੇਰੇ ਪਤਾ ਲੱਗਿਆ ਯਾਰ।
ਫੋਨ ਆਇਆ ਤਾਂ ਸਰਪੰਚ ਨੇ ਫੋਨ ਕੀਤਾ। ਪਹਿਲਾਂ ਤਾਂ ਠੀਕ ਠਾਕ ਨਹੀਂ ਹੁੰਦੇ, ਮੁੜ ਕੇ ਦੋ ਹਸਪਤਾਲਾਂ 'ਚ ਖੜ੍ਹਿਆ ਅਤੇ ਉੱਥੇ ਡੈਥ ਹੋ ਗਈ ਉਹਨਾਂ ਦੀ। ਅਥਰੂ ਗੈਸ ਜਿਹੜੇ ਸੁੱਟੇ ਸੀ ਉਹਨਾਂ ਨਾਲ ਸਾਹ ਉਹਦਾ ਖਰਾਬ ਹੋ ਗਿਆ ਅਤੇ ਮੁੜ ਕੇ ਤਰੀਕ ਮੈਨੂੰ ਯਾਦ ਨਹੀਂ ਉਹ ਤਰੀਕ 'ਤੇ ਹੋ ਗਏ। ਪਹਿਲਾਂ ਵੀ ਜਾਂਦੇ ਰਹੇ? ਹਾਂਜੀ ਪਹਿਲਾਂ ਵੀ ਜਾਂਦੇ ਰਹੇ, ਜਦੋਂ ਕਿਤੇ ਆਖਣਾ ਸਰਪੰਚ ਨੇ ਉਦੋਂ ਜਾਣਾ ਉਹਨਾਂ। ਅਸੀਂ ਵੀ ਜਾਂਦੇ ਰਹੇ ਹਾਂ, ਜਿਹੜੇ ਨਹੀਂ ਗਏ ਉਦੋਂ ਵੀ ਗਏ, ਉਦੋਂ ਦੋਵੇਂ ਭਰਾ ਅਸੀਂ ਗਏ। ਕਿੰਨਾ ਚਿਰ ਲਾ ਗਿਆ ਸੀ ਉੱਥੇ? ਲਾ ਗਏ ਹਫ਼ਤਾ ਹੀ, ਮੇਰਾ ਮਹੀਨਾ ਹੀ ਲੱਗ ਗਿਆ ਹੋਣਾ, ਹਫ਼ਤਾ ਮਹੀਨਾ ਲੱਗ ਗਿਆ। ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਆ ਜੀ? ਹਾਂਜੀ ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਆ ਜੀ? ਕਿੰਨਾ ਦੇ? ਗਿਆਨ ਸਿੰਘ ਦੇ ਪਰਿਵਾਰ 'ਚ ਇਹੋ ਹੀ ਹੈ, ਸਾਂਭਦੇ ਸੂੰਭਦੇ ਸਭ ਕੰਮ ਇੰਨਾ ਹੀ ਕਰਨਾ। ਜਦੋਂ ਦਾ ਉਹਦੀ ਘਰਦੇ ਦੀ ਡੈਥ ਹੋ ਗਈ, ਘਰਦੀ ਦੀ, ਮੁੜ ਕੇ ਇਹਨਾਂ ਨੇ ਯਾਰ ਇੱਥੇ ਹੀ ਰੋਟੀ ਪਾਣੀ ਖਾਂਦਾ ਸੀ, ਇੱਥੇ ਮਾੜਾ ਮੋਟਾ ਨਹੀਂ। ਕੋਈ ਔਲਾਦ ਵੀ ਹੈਗੀ ਸੀ? ਨਹੀਂ ਔਲਾਦ ਨਹੀਂ। ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਵੀ ਥੋੜ੍ਹਾ ਬਹੁਤ ਇਹਨਾਂ ਨੂੰ ਕੁਛ ਦੇਵੇ, ਇਹਨਾਂ ਦਾ ਕਰਜ਼ਾ ਮਾਫ਼ ਕਰੇ ਅਤੇ ਸਹੂਲਤਾਂ ਕੋਈ ਦੇਵੇ ਉਹਨੂੰ। ਸਹੂਲਤ ਵੀ ਚਾਹੀਦੀ ਕੋਈ ਨਾ ਕੋਈ। ਤੁਸੀਂ ਕੀ ਮੰਗ ਕਰਦੇ ਹੋ ਜੀ? ਅਸੀਂ ਇਹੋ ਕਰਜ਼ੇ ਦੀ ਮੰਗ ਕਰਦੇ, ਕਰਜ਼ਾ ਸਿਰ 'ਤੇ ਚੜਿਆ, ਜ਼ਮੀਨ ਆ ਥੋੜ੍ਹੀ ਥੋੜ੍ਹੀ ਹੈਗੀ ਆ ਅਤੇ ਉਹਦੇ ਆਪਣਾ ਨਹੀਂ ਛੱਡਦਾ ਅਤੇ ਦੂਜੇ ਦਾ ਕਿੱਥੋਂ ਛਾਰੂਗਾ। ਮਾਫ਼ ਕਰਨਾ ਚਾਹੀਦਾ ਉਹਨਾਂ ਨੂੰ, ਮਾਫ਼ ਕਰਨਾ ਚਾਹੀਦਾ। ਇਹੋ ਜਿਹੇ ਹੁਣ ਡੇ ਉੱਥੇ ਜਿੱਦੀਆਂ ਕਰਨ ਪ੍ਰੋਬਲਮ ਕਰਨ ਅਤੇ ਉਹ ਆਪਣੇ ਦੀ ਕਰਨ ਡੇ ਆ ਵੀ ਕੋਈ ਨਾ ਕੁਛ ਫਾਇਦਾ ਹੋ ਜਾਵੇ। ਜਾਵਾਂਗੇ ਜੀ, ਅੱਗੇ ਵੀ ਜਾਂਦੇ ਰਹੇ, ਹੁਣ ਵੀ ਜਾਵਾਂਗੇ, ਇਹਦੀ ਗੱਲ ਨਹੀਂ। ਅੱਗੇ ਵੀ ਜਦੋਂ ਆਉਂਦੇ ਸੀ ਉਦੋਂ ਅਸੀਂ ਜਾਂਦੇ ਸੀ ਦੋਵੇਂ ਭਰਾ।